जी आई नू प्यारे विद्यार्थियों, 8वीं जमात दी गणित दी किताब दा पाठ 6वां वर्ग ते वर्गमूल अभ्यास नंबर 6.4 उसका 5वां सवाल जिहड़े 5 भाग हन इस वीडियो विच करन जा रहे हां। सो तुसी नोटबुक ते पेन लैके सारे हल अपनी नोटबुक विच उतार लो। वीडियो नू बड़े ध्यान दे नाल देखो ते सुनो ते मगरों दी सारे सवालों नू बिना देखे अपने आप जरूर करो। सो शुरू करिए। सो सवाल है बच्चों, हेठां लिखियां संख्यावां विचों हरेक विच केड़ी छोटी तो छोटी। अरे वो इतने फिर केड़ी दोबारा आ गया, थोड़ी प्रिंटिंग थोड़ी किताब च गलतियां बहुत ने। मुड़ के ठीक है। सो संख्यावां विचों हरेक विच केड़ी छोटी तो छोटी संख्या जोड़ी जावे ताकि एक पूर्ण वर्ग संख्या प्राप्त हो जावे। हुण बच्चों यह सवाल जिहड़ा चौथा सवाल सी उहदा बिल्कुल उल्टे, ਉਹਦੇ ਵਿੱਚ ਸੀ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਘਟਾਈ ਜਾਵੇ, ਅਰਥਾਤ ਪੂਰਨ ਵਰਗ ਸੰਖਿਆ ਜਿਹੜੀ ਸੀ ਉਹ ਦਿੱਤੀ ਹੋਈ ਸੰਖਿਆ ਤੋਂ ਛੋਟੀ ਹੋਣੀ ਸੀ। ਇੱਥੇ ਹੈਗਾ ਕਹਿੰਦੇ ਕਿ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਇਹਨਾਂ 'ਚ ਜੋੜੀ ਜਾਵੇ ਤਾਂ ਕਿ ਪੂਰਨ ਵਰਗ ਸੰਖਿਆ ਪ੍ਰਾਪਤ ਹੋਵੇ, ਅਰਥਾਤ ਜਿਹੜੀ ਪੂਰਨ ਵਰਗ ਸੰਖਿਆ ਹੋਏਗੀ ਇਹ ਤੋਂ ਬਾਅਦ ਤੋਂ ਅਗਲੀ ਹੋਏਗੀ, ਇਹ ਤੋਂ ਮਤਲਬ ਇਹਨਾਂ ਤੋਂ ਉੱਪਰ ਅੱਗੇ ਨੰਬਰ ਵਧੀ ਜਾਵੇ 51 52 53 ਕਰਦੇ ਕਰਦੇ, ਦੇਖਣਾ ਕਿਹੜੀ ਸੰਖਿਆ ਆ ਕੇ ਪੂਰਨ ਵਰਗ ਸੰਖਿਆ ਹੋ ਜਾਂਦੀ ਹੈ ਬਿਲਕੁਲ ਇਹ ਤੋਂ ਇਮੀਡੀਏਟ ਬਾਅਦ। ਯਕਦਮ ਬਾਅਦ ਕਿਹੜੀ ਹੈਗੀ ਹੈ, 1750 ਤੋਂ ਬਾਅਦ, 252 ਤੋਂ ਬਾਅਦ ਕਿਹੜੀ ਹੈ। ਸੋ ਜਿੱਦਾਂ ਸਵਾਲ ਵਿੱਚੋਂ ਚੌਥਾ ਕੀਤਾ ਸੀ ਉਦਾਂ ਹੀ ਵਿਧੀ ਇਹਦੀ ਹੈ, ਪਰ ਥੋੜ੍ਹਾ ਜਿਹਾ ਇਹ 'ਚ ਫਰਕ ਹੈ। ਅਤੇ ਇਸ ਤਰ੍ਹਾਂ ਪ੍ਰਾਪਤ ਪੂਰਨ ਵਰਗ ਸੰਖਿਆਵਾਂ ਦਾ ਵਰਗਮੂਲ ਵੀ ਪਤਾ ਕਰੋ, ਉਹਦੇ ਨਾਲ ਦੀ ਨਾਲ ਪਤਾ ਹੋ ਜਾਏਗਾ ਜਿਵੇਂ ਅਸੀਂ ਚੌਥੇ ਸਵਾਲ ਵਿੱਚ ਪਤਾ ਕੀਤਾ ਸੀ। ਆਓ ਦੇਖੀਏ ਹੁਣ। ਸੋ 525, ਸੋ ਉਦਾਂ ਹੀ ਕਰਨੇ ਬੱਚੋ, ਇੱਥੋਂ ਅਖੀਰ ਤੋਂ ਦੋ ਗਿਣਤੀ ਕਰਨੀ, ਇੱਕ ਦੋ ਅਤੇ ਕੋਮਾ ਲਾ ਲੈਣਾ, ਫਿਰ ਜਿਹੜਾ ਇਹ ਬਚਣ ਇੱਕ ਜਾਂ ਦੋ ਇਹਨੂੰ ਨਜਿੱਠਣਾ। ਸੋ 2 × 4, 5 × 4 ਗਿਆ 1, ਅਤੇ ਇਹ ਜੋੜਾ ਥੱਲੇ ਉਤਾਰ ਲਿਆ 25, ਅਤੇ 2 ਦਾ 2 4 ਕਰ ਦਿੱਤਾ। ਹੁਣ ਦੇਖਣਾ ਕਿਹੜੀ ਇਹਦੇ ਨੇੜੇ ਆਉਂਦੀ ਹੈ, ਮਤਲਬ ਇਹ ਤੋਂ ਟੱਪਦੀ ਨਹੀਂ ਹੈਗੀ, ਇਹ ਤੋਂ ਬਿਲਕੁਲ ਮਤਲਬ ਕਿ ਜਿਵੇਂ 3 ਕਰਦਾ, 3 × 3 9 ਅਤੇ 3 × 6 12, 129 ਬਣ ਜਾਂਦਾ ਜੋ ਇਹ ਤੋਂ ਵੱਡਾ ਹੈ। ਸੋ ਮੈਂ 3 ਦੇ ਨਾਲ ਨਹੀਂ ਕਰਾਂਗਾ, 2 ਨਾਲ ਕਰਾਂਗਾ। ਸੋ 2 ਇੱਥੇ ਅਤੇ 2 ਇੱਥੇ ਲਿਖਿਆ, 2 × 2 = 4, 2 × 6 = 8। ਜਿਹੜਾ ਇਹ ਬਾਕੀ ਹੈਗਾ ਬੱਚੋ ਇਹ ਤੋਂ ਘੱਟ ਆਉਣਾ ਚਾਹੀਦਾ, ਤਾਂ ਹੀ ਗੱਲ ਬਣੇਗੀ ਨਾ। ਸੋ 125 ਤੋਂ 84 ਗਿਆ, 41 ਆ ਗਿਆ। ਅਸੀਂ ਦੇਖਦੇ ਹਾਂ ਕਿ ਬਾਕੀ ਸਿਫਰ ਨਹੀਂ ਹੈ, ਜੇ ਸਿਫਰ ਨਹੀਂ ਹੈ ਤਾਂ ਕਿ ਇਹ ਪੂਰਨ ਵਰਗ ਸੰਖਿਆ ਨਹੀਂ ਹੈਗੀ, ਭਾਵ 22 ਦਾ ਵਰਗ ਇਹ ਬੜਾ ਜਿਹੜਾ 22 ਦਾ ਵਰਗ ਜਿਹੜਾ ਹੈ ਉਹ 525 ਤੋਂ ਘੱਟ ਹੋਏਗਾ, ਤਾਂ ਹੀ ਤਾਂ ਬਾਕੀ ਆਇਆ। ਅਰਥਾਤ ਜੇ ਮੈਂ 41 ਇਹ 'ਚੋਂ ਘਟਾ ਦਵਾਂ ਤਾਂ ਉਹ ਪੂਰਾ 22 ਦਾ ਵਰਗ ਬਣ ਜਾਏਗਾ, ਠੀਕ ਹੈ। ਇਹਦਾ ਮਤਲਬ ਕਿ ਜਿਹੜਾ 22 ਦਾ ਵਰਗ ਜਿਹੜਾ ਹੈ ਉਹ 525 ਤੋਂ ਘੱਟ ਹੈ, ਤਾਂ ਹੀ ਤਾਂ ਬਾਕੀ ਆਇਆ ਇੱਥੇ, ਠੀਕ ਹੈ। ਤੇ ਕਹਿੰਦੇ ਅਗਲੀ ਪੂਰਨ ਵਰਗ ਸੰਖਿਆ ਹੋ ਜਾਏਗੀ 23 ਵਰਗ, ਜੇ 22 ਵਰਗ ਪੂਰੀ 22 ਵਰਗ ਤੋਂ ਘੱਟ ਹੈ, ਜਿਹੜੀ ਇਹ 22 ਵਰਗ ਤੋਂ ਜ਼ਿਆਦਾ ਹੈ, 525 22 ਵਰਗ ਤੋਂ ਜ਼ਿਆਦਾ ਹੈ। ਤੇ ਇਹਨਾਂ ਨੇ ਕਿ 525 ਜਿਹੜੀ 22 ਵਰਗ ਦੇ ਗੱਬੇ ਅਤੇ 23 ਵਰਗ ਦੇ, ਮਤਲਬ 22 ਅਤੇ 23, 22 ਵਰਗ ਅਤੇ 23 ਵਰਗ ਦੇ ਵਿਚਕਾਰ ਕਿਤੇ ਹੈਗੀ ਹੈ। ਸੋ ਇਹਦਾ ਮਤਲਬ ਅਗਲੀ ਜਿਹੜੀ ਪੂਰਨ ਵਰਗ ਸੰਖਿਆ ਕਿਹੜੀ ਹੋ ਜਾਏਗੀ, 23 ਵਰਗ ਹੋ ਜਾਏਗੀ। ਸੋ 23 ਵਰਗ ਹੁੰਦੀ 529। ਇਸ ਤਰ੍ਹਾਂ ਜੋੜੇ ਜਾਣ ਵਾਲੀ ਲੋੜੀਂਦੀ ਸੰਖਿਆ ਹੈ 23 ਵਰਗ ਘਟਾ 525, ਮਤਲਬ ਕਿ ਇਹ ਜੋ ਇੱਥੇ ਆਇਆ ਹੈ ਇਹ ਤੋਂ ਅਗਲਾ ਅੰਕ ਵਧਾ ਦਵੋ, ਉਹਦਾ ਵਰਗ ਕਰੋ ਅਤੇ ਉਹਦੇ 'ਚੋਂ ਇਹ ਘਟਾ ਦਵੋ, ਅਤੇ ਉਹ ਹੋ ਜਾਏਗੀ ਜੋੜੇ ਜਾਣ ਵਾਲੀ ਲੋੜੀਂਦੀ ਸੰਖਿਆ। ਹੁਣ ਬੱਚੋ ਇਹਨੂੰ ਵੀ ਤੁਸੀਂ ਜੇ ਇੱਥੇ ਕਰਨਾ, ਇਹ ਜਿਹੜੀ ਵਿਧੀ ਦੱਸੀ ਹੈ ਲਿਖੀ ਹੈ ਇਹਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ, ਜਿਹਦਾ ਚੌਥੇ ਸਵਾਲ 'ਚ ਕੰਠ ਕਰਨਾ ਇਹਦੇ 5ਵੇਂ ਸਵਾਲ 'ਚ ਕੰਠ ਕਰਨਾ। ਇਹਦਾ ਤਰੀਕਾ ਹੀ ਹੈ ਕਿ ਬਾਰ ਬਾਰ ਕਰੋ ਤੇ 5ੋ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰੋ, ਫਿਰ ਗੱਲ ਪੱਕੀ ਤਰ੍ਹਾਂ ਤੁਹਾਡੇ ਦਿਮਾਗ 'ਚ ਪੈ ਜਾਏਗੀ। ਸੋ ਇਸ ਤਰ੍ਹਾਂ ਜੋੜੇ ਜਾਣ ਵਾਲੀ ਲੋੜੀਂਦੀ ਸੰਖਿਆ ਹੈ 23 ਦਾ ਵਰਗ ਘਟਾ 525 ਬਰਾਬਰ 23 ਦਾ ਵਰਗ ਹੁੰਦਾ 529, 529 'ਚੋਂ 525 ਗਿਆ 4, ਅਰਥਾਤ ਅਸੀਂ ਇਹਦੇ ਵਿੱਚ 4 ਜੋੜਨਾ ਹੈ, ਠੀਕ ਹੈ। ਸੋ ਇਹ ਕੀ ਹੋ ਗਿਆ, 529 ਤੇ 23, ਠੀਕ ਹੈ। ਸੋ ਲੋੜੀਂਦੀ ਸੰਖਿਆ ਕਿਹੜੀ ਜੋੜੇ ਜਾਣ ਵਾਲੀ, ਬਰਾਬਰ 4। ਤੋ ਜਿਹੜੇ 525 'ਚੋਂ ਮੈਂ 4 ਜੋੜਿਆ ਤੇ ਮੈਨੂੰ ਮਿਲ ਗਿਆ 529, ਤੇ ਇਹਦਾ ਵਰਗਮੂਲ ਹੈਗਾ 23, ਜੋ ਇਹ ਤੋਂ ਅਗਲੀ ਸੰਖਿਆ ਹੈ, 22 ਤੋਂ ਅਗਲੀ 23, ਠੀਕ ਹੈ। ਸੋ 4 ਜਿਹੜਾ ਹੈ ਇਹ 'ਚ ਜੋੜਨਾ ਹੈ, ਦੇਖੋ ਇਹ 529 ਤਾਂ ਹੀ ਆਏਗਾ ਨਾ, ਜੇ ਮੈਂ 4 525 ਵਿੱਚ ਜੋੜਾਂਗਾ ਤੇ ਮੈਨੂੰ 529 ਮਿਲੇਗਾ, ਠੀਕ ਹੈ। ਹੁਣ ਅਗਲਾ ਕਰੀਏ 1750, 1 2 ਇੱਥੇ ਕੌਮਾ। ਹੁਣ 17 ਨੂੰ ਦੇਖੀਏ, 4 × 4 = 16, 17 × 16 ਗਿਆ 1, 50 ਥੱਲੇ ਉਤਾਰ ਲਿਆ 150 ਬਣ ਗਿਆ, ਤੇ ਇੱਥੇ 4 × 4 = 2, 4 × 2 = 8, 4 × 4 = 8 ਹੋ ਗਿਆ, ਤੇ ਮੈਂ 1 ਨਾ ਦੇਖਿਆ 1 ਨਾ ਜਾਂਦਾ, ਕਿਉਂਕਿ ਜਿਹੜੇ 2 ਨਾ ਕਰਦਾ, 2 × 2 = 4, 2 × 8 = 16,
164 बन जाता है, ये तो वड्डा हो जाता है, सो एक ना जाएगा, एक एक में एक इकट्ठे अठा, 150 चो 81 गया, 69 आ गया। सो असी देखते हैं कि बाकी सिफर नहीं है, भाव 41 का वर्ग जोड़ा है वो 1750 तो घट है, तो अगली पूर्ण वर्ग संख्या है 42 का वर्ग जो कि 1764 के बराबर होंगे। 42 का वर्ग मैंने कितना मिले, 42 42 में गुणा करके 1764 है। इस तरह जोड़े जाने वाली लोड़ी संख्या है 42 का वर्ग कटा 1750 या 1764 चो 1750 14, अर्थात जोड़े जाने वाली छोटी छोटी संख्या है 14, और 1764 का वर्ग हो गया एक तो अगली संख्या 41 तो अगली 42 या जो इतने लिखी है वो। ठीक है, हूँ आगे तीजा सवाल 252। इसी तरह एक दो इतने कौमा, हूँ एक एकम एक, दो चो एक गया एक, 52 का 52 थले उतार लिया, जोड़ा थले लाया, एक जमा एक दो, एक का डबल दो हो गया, तो मैं देखिए पाँच ना जाता है, मतलब पाँच ना इतों मतलब सब तो नेड़ला, जे असी 26 करते हैं तो इस तो व्डा हो जाता है। सो 55 25, 5 दूनी 10 और 2 12 125, 152 चो 125 गए 27। असी देखते हैं कि बाकी सिफर नहीं है, भाव 15 का वर्ग जड़ा है 252 तो छोटा है, अगली पूर्ण वर्ग संख्या है 16, तो 16 का वर्ग है 56। ठीक है, इस तरह जोड़े जाने वाली लोड़ी संख्या है 16 का वर्ग कटा 252 या 256 कटा 252 बराबर 4, अर्थात 4 सब तो छोटी जोड़े जाने वाली संख्या है, जेने 252 4 पाया तो 256 आ गया, तो 256 का वर्ग आ गया वर्गमूल आ गया 16, जो 15 तो अगली संख्या है। ठीक है, अगे चलिए चौथा सवाल 1825। इदा ही दो तो बाद कौमा लाया, सज्जे पास दो गिन के एक दो कौमा, तो 4 चौक 16, 18 चो 16 गया 2, तो 4 जमा 4 8, दुगुना करता है, तो फिर देखिए 2 ना जाता है, 2 दुनी 4, 2 अठे 16, तो बाकी आ गया 61। सो असी देखते हाँ कि बाकी सिफर नहीं है, भाव 42 का वर्ग जोड़ा है 1825 तो छोटा है, अगली पूर्ण वर्ग संख्या है 43 का वर्ग जो कि 1849 के बराबर है। इस तरह जोड़े जाने वाली लोड़ी संख्या है 43 का वर्ग कटा 1825 बराबर 1849 कटा 1825 बराबर 24, अर्थात 24 वो सब तो छोटी जोड़े जाने वाली संख्या है। तो 1825 चले 24 जोड़े तो 1849 आ गया, जिहदा वर्ग है वर्गमूल है 43 जो कि 42 तो अगली संख्या 43 है। आखिरी सवाल 6412। ठीक है, हुण इत्थे एक दो इत्थे कॉमा ला लिया, तो 88 64, वाह जी वाह, पूरा चला गया, कोई गल नहीं, 64 चो 64 गया सिफर, तो 12 उतार लिया, साढ़े को 12 है कला, तो 8 और 8 16, हुण सानू पता है बच्चों देख के पता लगता है 16 12 तो वड्डा है, सो सिफर ना जाएगा, सो सिफर तो सिफर तो सारे सिफर आ गए, तो 12 चो सिफर गया 12। असी देखते हैं कि बाकी सिफर नहीं है, भाव 80 का वर्ग जोड़ा है 6412 तो छोटा है, अगली पूर्ण वर्ग संख्या है 81 वर्ग बटा बराबर 6561। इस तरह जोड़े जाने वाली लोड़ी संख्या है 81 का वर्ग कटा 8412, भाव 6561 जो कि यह वर्ग है कटा 6412 149, अर्थात बच्चों 149 वो सब तो छोटी संख्या है जिनू जब असी 6412 में जोड़ांगे तो सानू पूर्ण वर्ग संख्या प्राप्त होएगी। सो 6412 के जब मैं 149 जोड़िया तो मैनू मिल गया 6561, तो यदा वर्गमूल है 81 जो कि 80 तो अगली संख्या है। सो इस तरह प्यारे विद्यार्थियों सवाल करने ने यह बड़े महत्वपूर्ण ने, मैं तुम्हें यकीन ना दस दवा कि कला वीडियो देख के तसली ना करो, यह रिस्क ना लियो, वीडियो देख के यह कहना कि मैं समझ आ गया मेरे को हो जाएगा, यह बड़ा वड्डा भुलेखा है। सो वीडियो देखने तो बाद सारे हल नोट करने तो बाद गल चंगी तरह समझ लो, पर सारे सवालों नू बिना देखे अपने आप जरूर करो, अते घट तो घट है जो सवाल ने जोड़े जाने वाले घटाने वाले इन्हों तुसी अलग अलग मौकों पर थोड़ा 4-5 बार कर लियो, मतलब थोड़े गैप दे के, एक बार अज कर लिया, फिर 2-3 दिन का गैप दे के फिर कर लिया, फिर 10 दिन का गैप दे के फिर कर लिया, यह ट्रिक होंगी है समझण की, चंगी तरह परमानेंटली गल नू चेते रखण की। सो यह सवालों नू तुसी सारयां नू गणित के, तो सारे सवाल वैसे गणित का तो सिद्धांत ही आए कि गणित कभी भी देख के सुन के नहीं आता, गणित हमेशा करके ही आता होंगे। सो प्यारे विद्यार्थियों तुसी इसी तरह नेम दे नाल उत्साह दे नाल अनुशासन नाल अपनी पढ़ाई करी चलो, तो अगले वीडियो तक लई गुड बाय, थोड़ा सारे का बहुत बहुत धन्यवाद, रब राखा।